ਦੋਸਤੋ ਅੱਜ ਤੁਹਾਡੇ ਨਾਲ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੇ ਜੀਵਨ ਦੀ ਇੱਕ ਸੱਚੀ ਤੇ ਇੱਕ ਅਨੋਖੀ ਘਟਨਾ ਸਾਂਝੀ ਕਰਨ ਜਾ ਰਿਹਾ। ਅਜਿਹੀ ਘਟਨਾ ਜਿਹੜੀ ਕਿ 2-4% ਲੋਕਾਂ ਨੂੰ ਹੀ ਪਤਾ ਹੋਵੇਗੀ ਜਾਂ ਉਹਨਾਂ ਨੂੰ ਜਿਹੜੇ ਸੰਤਾਂ ਦੇ ਨਾਲ ਰਹੇ ਸੀ, ਸੰਤਾਂ ਦੇ ਨਾਲ ਰਹਿ ਕੇ ਉਹਨਾਂ ਨੇ ਸੰਘਰਸ਼ ਨੂੰ ਲੜਿਆ ਸੀ। ਇਹ ਘਟਨਾ ਨੂੰ ਖੀ ਤੱਕ ਜ਼ਰੂਰ ਸੁਣਿਓ। ਜੀਵਨ ਬਦਲਾਓ ਇੱਕ ਘਟਨਾ ਹੈ, ਹੋ ਸਕਦਾ ਹੈ ਤੁਹਾਡੇ ਵਿੱਚ ਵੀ ਬਹੁਤ ਸਾਰੇ ਲੋਕਾਂ ਦੇ ਜੀਵਨ ਦੇ ਵਿੱਚ ਸੁਧਾਰ ਆ ਜਾਵੇ। ਦਰਅਸਲ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਆਫਰਕੇ ਦਾ ਰਹਿਣ ਵਾਲਾ ਸੀ ਰਸਾਲ ਸਿੰਘ, ਜਿਨ੍ਹਾਂ ਨੂੰ ਆਪਾਂ ਹੁਣ ਜਾਣਦੇ ਹਾਂ ਸ਼ਹੀਦ ਭਾਈ ਰਸਾਲ ਸਿੰਘ ਦੇ ਨਾਮ ਨਾਲ। ਰਸਾਲ ਸਿੰਘ ਜੋ ਕਿ ਰੱਜ ਕੇ ਸ਼ਰਾਬੀ ਸੀ, ਪਿਆਕੜ ਸੀ, ਪਰ ਸੀ ਕੱਦ ਕਾਠ ਦਾ ਜਵਾਨ। ਅਜਿਹਾ ਕੀ ਵਾਪਰਿਆ ਕਿ ਉਹ ਪਿਆਕੜ ਸ਼ਰਾਬੀ ਰਸਾਲ ਸਿੰਘ ਸ਼ਹੀਦ ਭਾਈ ਰਸਾਲ ਸਿੰਘ ਜੀ ਕਰਕੇ ਨਾਮ ਨਾਲ ਜਾਣਿਆ ਜਾਣ ਲੱਗਾ? ਅਸਲ ਦੇ ਵਿੱਚ ਇਹ ਸਾਰੀ ਦੇਣ ਰਹੀ ਹੈ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ। ਉਹ ਕਿਵੇਂ? ਉਹ ਇਸ ਘਟਨਾ ਦੇ ਵਿੱਚ ਦੱਸਾਂਗੇ। ਇਹ ਜਿਹੜੇ ਭਾਈ ਰਸਾਲ ਸਿੰਘ ਦੀ ਆਪਾਂ ਗੱਲ ਤੁਹਾਨੂੰ ਸੁਣਾਉਣ ਜਾ ਰਹੇ ਹਾਂ, ਇਹਨਾਂ ਨੇ ਹੀ ਮੁੜ ਕੇ ਜੂਨ 84 ਦੇ ਵਿੱਚ ਭਾਰਤੀ ਫੌਜ ਦੇ ਨਾਲ ਜੂਝ ਕੇ ਸ਼ਹਾਦਤ ਪਾਈ ਸੀ ਅਤੇ ਇਹ ਮਰ ਕੇ ਵੀ ਹਮੇਸ਼ਾ ਦੇ ਵਾਸਤੇ ਅਮਰ ਹੋ ਗਏ। ਉਸ ਵੇਲੇ ਭਾਈ ਰਸਾਲ ਸਿੰਘ ਆਪਣੇ ਪਿੰਡ ਹੀ ਰਹਿੰਦੇ ਸੀ ਆਫਰਕੇ। ਹੋਇਆ ਇੱਦਾਂ ਕਿ ਭਾਈ ਗੁਰਦੇਵ ਸਿੰਘ ਉਸਮਾਨ ਵਾਲੇ ਟਕਸਾਲੀ ਸੀ, ਇਹਨਾਂ ਦਾ ਵਿਆਹ ਸੀ, ਇਹਨਾਂ ਦੇ ਵਿਆਹ 'ਤੇ ਜਾਣਾ ਸੀ ਦਮਦਮੀ ਟਕਸਾਲ ਦੇ ਜਿੰਨੇ ਸਿੰਘ ਸੀ ਉਹਨਾਂ ਨੇ। ਅਤੇ ਜਦੋਂ ਉਹਨਾਂ ਨੇ ਜਾਣਾ, ਉਹਨਾਂ ਨੇ ਇੱਕ ਬੱਸ ਕੀਤੀ, ਬੱਸ ਦੇ ਜ਼ਰੀਏ ਉਹਨਾਂ ਨੇ ਵਿਆਹ ਜਾਣਾ ਸੀ। ਉਦੋਂ ਗੱਡੀਆਂ ਦਾ ਕੋਈ ਖਾਸ ਰਿਵਾਜ਼ ਨਹੀਂ ਸੀਗਾ, ਬੱਸ ਦੇ ਜ਼ਰੀਏ ਸਾਰਿਆਂ ਨੇ ਇਕੱਠੇ ਹੋ ਕੇ ਉਹਨਾਂ ਦੇ ਘਰ ਉਹਨਾਂ ਦੇ ਪਿੰਡ ਵਿਆਹ 'ਤੇ ਜਾਣਾ ਸੀ। ਦੱਸ ਦਿੰਦੇ ਹਾਂ ਕਿ ਉਸ ਵੇਲੇ ਸੰਤ ਕਰਤਾਰ ਸਿੰਘ ਜੀ ਖਾਲਸਾ ਦਮਦਮੀ ਟਕਸਾਲ ਦੇ ਮੁਖੀ ਸੀ ਅਤੇ ਇਹ ਸੁਣਨ ਦੇ ਵਿੱਚ ਆਇਆ ਉਹਨਾਂ ਨੇ ਹੀ ਉਹਨਾਂ ਦਾ ਰਿਸ਼ਤਾ ਕਰਵਾਇਆ ਸੀ ਭਾਈ ਗੁਰਦੇਵ ਸਿੰਘ ਉਸਮਾਨ ਵਾਲੇ। ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਉਦੋਂ ਜਥੇ ਦੇ ਵਿੱਚ ਟਕਸਾਲ ਦੇ ਵਿੱਚ ਆਮ ਸਿੰਘਾਂ ਦੇ ਵਾਂਗ ਹੀ ਵਿਚਰਦੇ ਸੀ ਕਿਉਂਕਿ ਉਹ ਹਜੇ ਮੁਖੀ ਨਹੀਂ ਸੀ ਥਾਪੇ ਗਏ। ਜਦੋਂ ਇਹ ਵਿਆਹ 'ਤੇ ਚੱਲੇ ਸੀ, ਬੱਸ ਕੀਤੀ, ਰਸਤੇ ਦੇ ਵਿੱਚ ਉਸ ਦਿਨ ਬਹੁਤ ਸਾਰਾ ਮੀਂਹ ਵਰਿਆ ਅਤੇ ਇਹਨਾਂ ਨੇ ਪਿੰਡ ਪੁੱਛਣਾ ਸੀ ਹੁਣ ਕਿ ਪਿੰਡ ਅੱਗੇ ਕਿੱਥੇ ਆ। ਆਫਰ ਕੇ ਰੁਕੇ, ਉੱਥੋਂ ਉਸਮਾਨ ਵਾਲੇ ਦਾ ਰੱਬ ਪੁੱਛਣਾ ਚਾਹਿਆ। ਇਹਨਾਂ ਨੂੰ 2 ਬੰਦੇ ਮਿਲੇ ਸੇਮ ਨਾਲੇ ਦੇ ਕੋਲ ਬੈਠੇ। ਉਹਨਾਂ ਦੇ ਵਿੱਚੋਂ ਇੱਕ ਸੀ ਰਸਾਲ ਸਿੰਘ, ਜਿਹੜਾ ਕਿ ਉਸ ਵੇਲੇ ਵੀ ਹਮੇਸ਼ਾ ਦੀ ਤਰ੍ਹਾਂ ਸ਼ਰਾਬ ਦੇ ਵਿੱਚ, ਸ਼ਰਾਬ ਦੇ ਨਸ਼ੇ ਦੇ ਵਿੱਚ ਰੱਜਿਆ ਹੋਇਆ ਸੀ। ਉਹਨਾਂ ਦੇ ਨਾਲ ਸੀ ਤੁਰਕਾ ਸਿੰਘ। ਅਤੇ ਇਸ ਵੇਲੇ ਜਦੋਂ ਇਹਨਾਂ ਨੂੰ ਰਾਹ ਪੁੱਛਣਾ ਚਾਹਿਆ, ਭਾਈ ਰਸਾਲ ਸਿੰਘ ਨੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੂੰ ਬਹੁਤ ਬੁਰਾ ਭਲਾ ਬੋਲਿਆ ਅਤੇ ਨਾਲ ਹੀ ਉਹਨਾਂ ਨੂੰ ਕਹਿਣ ਲੱਗਿਆ, ਮਤਲਬ ਨਸ਼ੇ ਦੇ ਵਿੱਚ ਤਾਂ ਚੂਰ ਹੋਇਆ ਪਿਆ, ਜਦੋਂ ਬੰਦੇ ਨੇ ਸ਼ਰਾਬ ਪੀਤੀ ਹੋਵੇ ਤਾਂ ਉਹ ਤਾਂ ਵੈਸੇ ਹੀ ਪਾਗਲ ਹੋਇਆ ਫਿਰਦਾ ਹੁੰਦਾ, ਉਹਨੂੰ ਆਪਣੇ ਤੋਂ ਬਿਨਾਂ ਕੁਛ ਦਿਖਦਾ ਹੀ ਨਹੀਂ ਹੈ। ਕਹਿਣ ਲੱਗਾ ਕਿ ਮੈਂ ਬਾਬਾ ਤੇਰੇ ਨਾਲ ਪੰਜਾ ਲਾਉਣਾ ਅਤੇ ਲਾਉਣਾ ਵੀ ਤੇਰੇ ਨਾਲ ਆ। ਉਹਦੇ ਨਾਲ ਜਿਹੜਾ ਉਹਦਾ ਸਾਥੀ ਸੀ ਦੁਰਗਾ ਸਿੰਘ, ਉਹਨੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਉਹਨੂੰ ਤਾੜਿਆ ਵੀ ਕਿ ਤੂੰ ਕੀ ਕਰ ਰਿਹਾ, ਉਹ ਪਤਾ ਸੀਗਾ ਉਹਨੂੰ ਸਿੰਘਾਂ ਦਾ, ਪਰ ਇਹਨੇ ਨਹੀਂ ਸੁਣੀ ਕਿਉਂਕਿ ਪੀਤੀ ਹੋਈ ਸੀ। ਸ਼ਰਾਬ ਦੇ ਨਸ਼ੇ ਦੇ ਵਿੱਚ ਬੰਦੇ ਦੀ ਆਪਣੀ ਮੱਤ ਭੁੱਲ ਜਾਂਦੀ ਹੈ, ਜਿਵੇਂ ਗੁਰਬਾਣੀ ਦੇ ਵਿੱਚ ਵੀ ਇਹ ਆਇਆ ਹੈ, ਜਿੱਤ ਪੀਤੇ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ, ਖਸਮੋ ਧੱਕੇ ਖਾਏ। ਹੁਣ ਇਹਨਾਂ ਕਿਹਾ ਅਤੇ ਫਿਰ ਸੰਤ ਜੀ ਨੇ ਅੱਗੋਂ ਕੀ ਕਿਹਾ ਕਿ ਗੁਰਮੁਖਾ ਮੈਂ ਕੌਣ ਹੁੰਦਾ ਆ, ਮੇਰੀ ਕੀ ਔਕਾਤ ਕਿ ਮੈਂ ਤੇਰੇ ਨਾਲ ਪੰਜਾ ਲਵਾਂ, ਪਰ ਜਿਸ ਗੁਰੂ ਨੇ ਪੰਜਾ ਲਾ ਕੇ ਪਹਾੜ ਨੂੰ ਰੋਕਿਆ ਸੀ ਉਹ ਆਪ ਹੀ ਤੇਰੇ ਉੱਤੇ ਕਿਰਪਾ ਕਰੇਗਾ। ਇੰਨੀ ਗੱਲ ਕਹੀ, ਇਹਦੇ ਤੋਂ ਬਾਅਦ ਸਿੰਘ ਚੱਲ ਪਏ ਅੱਗੇ ਆਫਰਕੇ ਤੋਂ ਉਸਮਾਨ ਵਾਲੇ ਪਿੰਡ। ਉਹਨਾਂ ਦੇ ਜਾਣ ਤੋਂ ਬਾਅਦ ਦੁਰਗਾ ਸਿੰਘ ਨੇ ਰਸਾਲ ਸਿੰਘ ਨੂੰ ਕਾਫੀ ਉਹਦੇ ਨਾਲ ਬਹਿਸਣ ਲੱਗਾ ਕਿ ਤੂੰ ਟਕਸਾਲੀ ਸਿੰਘਾਂ ਨੂੰ ਮਜ਼ਾਕ ਕਿਉਂ ਕੀਤੇ, ਉਹਨਾਂ ਨੂੰ ਪਤਾ ਸੀ ਸਿੰਘ ਕਿਹੋ ਜਿਹੇ ਹੁੰਦੇ ਨੇ। ਰਾਤ ਇਹ ਬੀਤੀ, ਜਦੋਂ ਰਾਤ ਬੀਤ ਕੇ ਸਵੇਰ ਹੋਈ ਤਾਂ ਰਸਾਲ ਸਿੰਘ ਸਿੱਧਾ ਚਲਿਆ ਗਿਆ ਉਸਮਾਨ ਵਾਲੇ ਵਿਆਹ ਵਾਲੇ ਘਰ ਦੇ ਵਿੱਚ, ਜਿੱਥੇ ਸੰਤ ਬਾਬਾ ਜਰਨੈਲ ਸਿੰਘ ਪਿੰਡਰਾਂ ਵਾਲੇ ਗਏ ਸੀ, ਜਿੱਥੇ ਉਹ ਸਾਰੇ ਦਮਦਮੀ ਟਕਸਾਲ ਦੇ ਸਿੰਘ ਗਏ ਹੋਏ ਸੀ। ਉੱਥੇ ਜਾ ਕੇ ਉਹ ਉੱਚੀ ਉੱਚੀ ਆਵਾਜ਼ਾਂ ਮਾਰਨ ਲੱਗਾ ਕਿ ਮੈਂ ਤਾਂ ਉਸੇ ਬਾਬੇ ਨੂੰ ਮਿਲਣਾ ਆ ਜਿਹਨੂੰ ਰਾਤ ਮੈਂ ਪੰਜਾ ਲਾਉਣ ਦੀ ਗੱਲ ਕਹੀ ਸੀ ਕਿ ਮੈਂ ਉਹਦੇ ਨਾਲ ਪੰਜਾ ਲਾਉਣਾ। ਸੰਤ ਜੀ ਆਏ ਬਾਹਰ ਅਤੇ ਇਹ ਬੰਦਾ ਰਸਾਲ ਸਿੰਘ ਉਹਨਾਂ ਨੂੰ ਕਹਿਣ ਲੱਗਾ ਕਿ ਬਾਬਾ ਤੂੰ ਬੜਾ ਜ਼ਹਿਰਾ ਹੈ, ਤੂੰ ਪਤਾ ਨਹੀਂ ਮੇਰੇ ਉੱਤੇ ਕੀ ਕੀਤਾ, ਮੈਂ ਤੇਰੇ ਤੋਂ ਮਾਫ਼ੀ ਮੰਗਣੀ ਚਾਹੁੰਦਾ ਹਾਂ, ਰਾਤ ਕਿਵੇਂ ਵੀ ਉਹਦੀ ਬਤੀਤ ਹੋਈ। ਉਸ ਤੋਂ ਬਾਅਦ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਉਸ ਨੂੰ ਕਹਿਣ ਲੱਗੇ ਕਿ ਗੁਰਮੁਖਾ ਤੂੰ ਸ਼ਰਾਬ ਛੱਡ ਦੇ, ਤੂੰ ਜੋ ਵੀ ਕੱਲ੍ਹ ਬੋਲਿਆ ਆ, ਤੂੰ ਜੋ ਵੀ ਮਜ਼ਾਕ ਕੀਤਾ ਇਹ ਸਾਰੇ ਸ਼ਰਾਬ ਨੇ ਹੀ ਬੁਲਵਾਏ ਸੀ, ਉਹਨੇ ਹੀ ਕਰਾਏ, ਉਹਨੇ ਤੇਰੀ ਮੱਤ ਦੇ ਉੱਤੇ ਪਰਦਾ ਪਾ ਦਿੱਤਾ ਸੀ, ਤੂੰ ਚੱਲ ਪੁਣਾ ਖਿਲਾਰਦਾ ਪਿਆ ਸੀ, ਤੂੰ ਪਾਗਲ ਹੋ ਗਿਆ ਸੀ। ਉਸ ਤੋਂ ਬਾਅਦ ਰਸਾਲ ਸਿੰਘ ਕਹਿਣ ਲੱਗਾ ਕਿ ਜੇ ਤਾਂ ਮੈਂ ਪਿੰਡ ਗਿਆ
ਤੇ ਸ਼ਰਾਬ ਆਪਣੇ ਤੋਂ ਨਹੀਂ ਛੁੱਟਣੀ। ਇਸ ਤੋਂ ਚੰਗਾ ਕਿ ਤੁਸੀਂ ਮੈਨੂੰ ਆਪਣੇ ਨਾਲ ਹੀ ਰੱਖ ਲਓ, ਮੇਰੀ ਸ਼ਰਾਬ ਛੁੱਟ ਜਾਵੇਗੀ। ਫਿਰ ਕੀ ਸੀ, ਸਿੰਘਾਂ ਨੇ ਦਸਤਾਰ ਲਿਆਂਦੀ, ਕਿਰਪਾਨ ਲਿਆਂਦੀ, ਚੋਲਾ ਲਿਆਂਦਾ, ਬਾਣਾ ਲਿਆ, ਉਹਦੇ ਸਾਰਾ ਪਾਇਆ ਅਤੇ ਉਸਨੂੰ ਸਿੰਘ ਬਣਾ ਦਿੱਤਾ, ਸਿੰਘ ਸਜਾ ਦਿੱਤਾ। ਇੱਕ ਉਹ ਦਿਨ ਜਦੋਂ ਰਸਾਲ ਸਿੰਘ ਸ਼ਰਾਬੀ ਪਿਆਕੜ ਸੀ, ਅਤੇ ਇੱਕ ਉਹ ਦਿਨ ਉਸ ਤੋਂ ਬਾਅਦ ਦੀ ਸਾਰੀ ਜ਼ਿੰਦਗੀ ਕਿ ਭਾਈ ਰਸਾਲ ਸਿੰਘ ਬਣ ਗਏ। ਉਹ ਸਾਰਾ ਸਮਾਂ ਆਪਣੀ ਅਗਲੀ ਜ਼ਿੰਦਗੀ ਫਿਰ ਉਹ ਬਾਬਾ ਜਰਨੈਲ ਸਿੰਘ ਜੀ ਦੇ ਨਾਲ ਹੀ ਰਹੇ। ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕਦਮ ਸੁਧਾਰ ਆ ਗਿਆ ਕਿ ਕਿਸੇ ਨੇ ਕਰਾਮਾਤ ਕਰ ਦਿੱਤੀ ਹੋਵੇ। ਬੰਦਾ ਸ਼ਰਾਬੀ ਰੱਜ ਕੇ ਦਿਨ ਰਾਤ ਸ਼ਰਾਬ ਪੀਣ ਵਾਲਾ, ਉਹ ਇੱਕਦਮ ਸੁਧਰ ਗਿਆ। ਫਿਰ ਭਾਈ ਰਸਾਲ ਸਿੰਘ ਜੀ ਨੂੰ ਘਰ ਦੇ ਨਾਲੋਂ ਜ਼ਿਆਦਾ ਜਥੇ ਦੇ ਵਿੱਚ ਸਿੰਘਾਂ ਦੇ ਨਾਲ ਰਹਿ ਕੇ ਹੀ ਸਕੂਨ ਮਿਲਦਾ। ਅਤੇ ਸੰਤ ਕਰਤਾਰ ਸਿੰਘ ਜੀ ਖਾਲਸਾ ਜਦੋਂ ਉਹ ਚਲਾਣਾ ਕਰ ਗਏ, ਉਹਨਾਂ ਤੋਂ ਬਾਅਦ ਜਦੋਂ ਸੰਤਾਂ ਨੂੰ, ਪਿੰਡਾਂ ਵਾਲੇ ਸੰਤਾਂ ਨੂੰ ਮੁਖੀ ਥਾਪਿਆ ਗਿਆ ਤਾਂ ਰਸਾਲ ਸਿੰਘ ਜੀ ਨੂੰ ਬਹੁਤ ਖੁਸ਼ੀ ਹੋਈ। 1978 ਦੇ ਸਾਕੇ ਤੋਂ ਬਾਅਦ ਸੰਘਰਸ਼ ਪੂਰੇ ਜੋਬਨ 'ਤੇ ਸੀ। ਜਦੋਂ ਉਸ ਵੇਲੇ ਭਾਈ ਰਸਾਲ ਸਿੰਘ ਜੀ ਨੇ ਆਪਣੇ ਹਿੱਸੇ ਆਉਂਦੇ 2 ਕਿੱਲੇ ਜ਼ਮੀਨ ਉਸਨੂੰ ਵੇਚ ਕੇ ਹਥਿਆਰ ਖਰੀਦ ਲਏ ਸੀ। ਉਸ ਵੇਲੇ ਇੱਕ ਥਾਣੇਦਾਰ ਸੀ ਬਿੱਛੂ ਰਾਮ, ਜਿਸ ਨੇ ਕਿ ਸਿੰਘਾਂ ਨੂੰ ਲਲਕਾਰਿਆ, ਪੂਰੇ ਪੰਥ ਨੂੰ ਲਲਕਾਰਿਆ ਸੀ, ਉਹ ਵੀ ਕਿਵੇਂ ਭਾਈ ਲਹਿਰਾ ਸਿੰਘ ਜੀ ਦੀ ਦਾੜੀ ਨੂੰ ਮੁੰਨ ਕੇ। ਹੁਣ ਐਡੀ ਵੱਡੀ ਕਰਤੂਤ ਉਸਨੇ ਕਰ ਦਿੱਤੀ ਤਾਂ ਸਿੰਘ ਕਿਵੇਂ ਚੁੱਪ ਬਹਿੰਦੇ। ਸਿੰਘਾਂ ਨੇ ਤਿਆਰੀ ਕੀਤੀ ਉਸ ਥਾਣੇਦਾਰ ਦਾ ਸੌਦਾ ਲਾਉਣ ਦੀ, ਪਰ ਉਸ ਥਾਣੇਦਾਰ ਦੀ ਘਰਵਾਲੀ ਆਪਣੀਆਂ ਬੱਚੀਆਂ, ਆਪਣੀਆਂ ਧੀਆਂ ਨੂੰ ਨਾਲ ਲੈ ਕੇ ਪਹੁੰਚ ਗਈ ਸੰਤ ਜੀ ਦੇ ਕੋਲ ਕਿ ਉਸ ਨੂੰ ਮਾਫ਼ ਕਰ ਦਿੱਤਾ ਜਾਵੇ, ਧੀਆਂ ਦਾ ਵਿਆਹ ਰੱਖਿਆ ਹੋਇਆ। ਸੰਤ ਜੀ ਨੇ ਕਿਹਾ, ਪਿੰਡਾਂ ਵਾਲੇ ਸੰਤਾਂ ਨੇ ਕਿਹਾ ਕਿ ਉਹ ਥਾਣੇਦਾਰ ਜੇਕਰ ਸਿੰਘ ਨੂੰ ਗੋਲੀ ਮਾਰ ਦਿੰਦਾ ਕੋਈ ਗੱਲ ਨਹੀਂ, ਕੋਈ ਦਿੱਕਤ ਨਹੀਂ ਸੀ, ਪਰ ਉਸਨੇ ਉਸਦੀ ਦਾੜੀ ਮੁੰਨ ਕੇ ਬਹੁਤ ਵੱਡੀ ਗਲਤੀ ਕੀਤੀ ਹੈ, ਉਸਨੂੰ ਹੁਣ ਬਖਸ਼ਿਆ ਨਹੀਂ ਜਾਵੇਗਾ, ਤੂੰ ਜਾ ਕੇ ਆਪਣੀਆਂ ਧੀਆਂ ਦੇ ਵਿਆਹ ਕਰੋ, ਉਦੋਂ ਤੱਕ ਉਸਨੂੰ ਕੁਛ ਨਹੀਂ ਕਿਹਾ ਜਾਵੇਗਾ। ਸੰਤ ਜੀ ਦੇ ਬਚਨ ਪੁਗਾਏ ਅਤੇ ਜਿਹੜਾ ਹੁਣ ਸੌਦਾ ਲਾਉਣ ਦਾ ਬਚਨ ਸੀਗਾ ਉਸਨੂੰ ਪੂਰਾ ਕਰਨ ਦੇ ਵਾਸਤੇ ਭਾਈ ਰਸਾਲ ਸਿੰਘ, ਉਹਨਾਂ ਦੇ ਨਾਲ ਭਾਈ ਅਜਾਇਬ ਸਿੰਘ ਮਹਾਂਕਾਲ ਅਤੇ ਭਾਈ ਜਰਨੈਲ ਸਿੰਘ ਬੂ, ਇਹ ਚੱਲ ਪਏ ਮੋਟਰਸਾਈਕਲ ਲੈ ਕੇ ਉਸ ਥਾਣੇਦਾਰ ਦਾ ਸੌਦਾ ਲਾਉਣ। ਰਾਹ ਦੇ ਵਿੱਚ ਫਿਰੋਜ਼ਪੁਰ ਛਾਉਣੀ ਦੇ ਵਿੱਚ, ਉੱਥੇ ਦਾ ਛਾਉਣੀ ਦੇ ਵਿੱਚ ਇੱਕ DSP ਸੀ ਕਪੂਰ ਨਾਮ ਦਾ, ਨਾਕੇ 'ਤੇ ਖੜ੍ਹਾ ਸੀ। ਜਦੋਂ ਹੁਣ ਮੋਟਰਸਾਈਕਲ ਦੇ ਉੱਤੇ 3 ਜਣੇ ਸਵਾਰ ਸੀ ਤਾਂ ਉਹ ਪੁੱਛਣ ਲੱਗਿਆ ਅੜਬ ਜਿਹਾ DSP ਕਿ ਤੁਸੀਂ 3 ਜਣੇ ਸਵਾਰ ਹੋ ਕੇ ਕਿੱਧਰ ਚੱਲੇ ਹੋ, ਪਹਿਲਾਂ ਤਲਾਸ਼ੀ ਦਿਓ। ਫਿਰ ਜਦੋਂ ਭਾਈ ਮਹਾਂਕਾਲ ਸਿੰਘ ਬੂ ਨੇ ਲੋਈ ਖੇਸ ਦੀ ਬੁੱਕਲ ਦੇ ਵਿੱਚੋਂ ਸਟੇਨ ਗਨ ਚੁੱਕ ਕੇ ਦਿਖਾਈ ਤਾਂ ਪੁਲਿਸ ਵਾਲੇ ਵੀ ਘਬਰਾ ਗਏ ਵੀ ਜਾਓ ਜੀ ਜਾਓ, ਸਿੰਘ ਨੂੰ ਤਾਂ ਸੱਚੀ ਬਹੁਤ ਤੇਜ਼ ਬੁਖਾਰ ਆ। ਸਿੰਘ ਪਹੁੰਚ ਗਏ ਆਪਦੇ ਮਿੱਥੇ ਟਿਕਾਣੇ ਦੇ ਉੱਤੇ। ਭਾਈ ਜਰਨੈਲ ਸਿੰਘ ਬੂ ਨੇ ਮੋਟਰਸਾਈਕਲ ਸਟਾਰਟ ਰੱਖਿਆ, ਭਾਈ ਰਸਾਲ ਸਿੰਘ ਅਤੇ ਭਾਈ ਅਜਾਇਬ ਸਿੰਘ ਮਹਾਂਕਾਲ ਇਹ ਪੁੱਜੇ ਆਪਣਾ ਕੰਮ ਪੂਰਾ ਕਰਨ। ਇਹਨਾਂ ਨੇ ਉਸ ਥਾਣੇਦਾਰ ਦਾ, ਬਿਛੂ ਰਾਮ ਥਾਣੇਦਾਰ ਦਾ ਸੌਦਾ ਲਾਇਆ ਅਤੇ ਉਸ ਦੀ ਨਾਲ ਹੀ ਸਰਵਿਸ ਰਿਵੋਲਵਰ ਵੀ ਚੱਕ ਕੇ ਲਿਆਏ। ਤਿੰਨੇ ਸਿੰਘ ਆਪਣਾ ਕੰਮ ਮੁਕਾਉਣ ਤੋਂ ਬਾਅਦ ਆ ਗਏ ਫਿਰੋਜ਼ਪੁਰ ਛਾਉਣੀ ਦੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ। ਇਸੇ ਦਿਨ ਸ਼ਿਵ ਸੈਨਾ ਦਾ ਇੱਕ ਆਗੂ ਭੁਪਿੰਦਰ, ਉਹਦਾ ਵੀ ਇਹਨਾਂ ਨੇ ਸੌਦਾ ਲਾਇਆ ਅਤੇ ਇਹਦੇ ਤੋਂ ਬਾਅਦ CRP ਨੇ ਇਸ ਮਾਮਲੇ ਨੂੰ ਦੇਖਦੇ ਹੋਏ ਉਸ ਗੁਰਦੁਆਰਾ ਸਾਹਿਬ ਨੂੰ ਘੇਰਾ ਪਾ ਲਿਆ, ਸਿੰਘਾਂ ਨੂੰ ਘੇਰਾ ਪਾ ਲਿਆ। ਫਿਰ ਜਦੋਂ ਸੰਤ ਪਿੰਡਰਾਂ ਵਾਲਿਆਂ ਨੇ ਇਸ ਮਾਮਲੇ ਨੂੰ ਬਹੁਤ ਹੀ ਗੰਭੀਰਤਾ ਦੇ ਨਾਲ ਲਿਆ ਤਾਂ ਜਾ ਕੇ CRP ਨੇ ਗੁਰਦੁਆਰਾ ਸਾਹਿਬ ਤੋਂ ਘੇਰਾ ਹਟਾ ਦਿੱਤਾ, CRP ਪਿੱਛੇ ਹਟ ਗਈ ਅਤੇ ਸਿੰਘ ਉੱਥੋਂ ਚਲੇ ਗਏ। ਜਦੋਂ ਦਰਬਾਰ ਸਾਹਿਬ ਦੇ ਉੱਤੇ 1984 ਦੇ ਵਿੱਚ ਭਾਰਤੀ ਫੌਜ ਨੇ ਹਮਲਾ ਕੀਤਾ ਸੀ ਤਾਂ ਉਸ ਵੇਲੇ ਇਹ ਸਿੰਘ ਬਾਬਾ ਦੀਪ ਸਿੰਘ ਜੀ ਦੇ ਬੁੰਗੇ ਦੇ ਕੋਲ ਮੋਰਚਾ ਸਾਂਭੀ ਬੈਠੇ ਸੀ ਅਤੇ ਇੱਥੇ ਹੀ ਇਹਨਾਂ ਸਿੰਘਾਂ ਨੇ ਸ਼ਹਾਦਤਾਂ ਪਾਈਆਂ ਸੀ ਜੂਝਦੇ ਹੋਏ। ਸੋ ਇਸ ਤਰ੍ਹਾਂ ਇੱਕ ਸਿਰੇ ਦਾ ਪਿਆਕੜ, ਇੱਕ ਸਿਰੇ ਦਾ ਸ਼ਰਾਬੀ ਬੰਦਾ ਜਿਸਨੂੰ ਕੋਈ ਨਹੀਂ ਪੁੱਛਦਾ ਸੀ, ਉਸ ਦਾ ਇੱਕ ਗੁਰਸਿੱਖੀ ਜੀਵਨ ਬਣਿਆ। ਕਿਵੇਂ ਇੱਕ ਰੱਬੀ ਰੂਹ ਦੇ ਨਾਲ ਮੇਲ, ਸੰਤ ਪਿੰਡਰਾਂ ਵਾਲਿਆਂ ਦੇ ਨਾਲ ਮੇਲ ਹੋਇਆ, ਉਹਨਾਂ ਦੇ ਬਚਨਾਂ ਨੂੰ ਸੁਣਿਆ ਅਤੇ ਬਿਲਕੁਲ ਜੀਵਨ ਬਦਲ ਗਿਆ ਅਤੇ ਗੁਰਸਿੱਖੀ ਜੀਵਨ ਦੇ ਵਿੱਚ ਆ ਕੇ ਫਿਰ ਸ਼ਹਾਦਤਾਂ ਪਾਈਆਂ। ਇਸੇ ਤਰ੍ਹਾਂ ਅੱਜ ਗੁਰਬਾਣੀ ਦੀ ਸੇਧ ਲੈ ਕੇ ਕੋਈ ਵੀ ਬੰਦਾ ਸੁਧਰ ਸਕਦਾ ਹੈ। ਗੁਰਬਾਣੀ ਕਹਿੰਦੀ ਹੈ, ਜਿੱਤ ਪੀਤੈ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ, ਖਸਮੋ ਤੱਕੈ ਖਾਏ, ਜਿੱਤ ਪੀਤੈ ਖਸਮ ਵਿਸਰੈ, ਦਰਗਹਿ ਮਿਲੈ ਸਜਾਏ, ਝੂਠਾ ਮਦ ਮੂਲ ਨਾ ਪੀਚਈ, ਜੇ ਕਾ ਪਾਰ ਵਸਾਏ। ਸ਼ਰਾਬੀ ਬੰਦੇ ਦੀ ਹਰ ਇੱਕ ਥਾਂ ਦੇ ਉੱਤੇ ਖੇ ਹੁੰਦੀ ਹੈ, ਉਸ ਅਵੈੜੇ ਬੰਦੇ ਦਾ ਇਸ ਜਹਾਨ ਦੇ ਵਿੱਚ ਕੋਈ ਸਤਿਕਾਰ ਨਹੀਂ ਕਰਦਾ, ਉਸਨੂੰ ਤੱਕੇ ਪੈਂਦੇ ਨੇ, ਉਹ ਝੱਲ ਪੁਣਾ ਖਿਲਾਰਦਾ ਹੈ, ਉਸਦੀ ਆਪਣੀ ਮਤ ਨਹੀਂ ਰਹਿੰਦੀ, ਉਹ ਪਾਗਲ ਹੋ ਜਾਂਦਾ ਹੈ। ਅਤੇ ਗੁਰਬਾਣੀ ਇਹੋ ਜਿਹੇ ਨਸ਼ਿਆਂ ਤੋਂ, ਇਹੋ ਜਿਹੇ ਸ਼ਰਾਬ ਤੋਂ ਦੂਰ ਰਹਿਣ ਦੀ ਸਿੱਖਿਆ ਹੀ ਦਿੰਦੀ ਹੈ। ਅਤੇ ਗੁਰਬਾਣੀ ਦੇ ਲੜ ਲੱਗ ਕੇ ਜਿਹੜਾ ਲੱਗ ਜਾਂਦਾ ਹੈ ਉਸਦਾ ਇਸ ਜਹਾਨ ਦੇ ਵਿੱਚ, ਅਗਲੇ ਜਹਾਨ ਦੇ ਵਿੱਚ, ਦੋਨਾਂ ਦੇ ਵਿੱਚ ਸਤਿਕਾਰ ਹੁੰਦਾ ਹੈ।